ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਇੱਕ ਤਰਫ ਕਿਸਾਨ ਦਿੱਲੀ ਦੇ ਬਾਰਡਰ ਉੱਤੇ ਬੈਠੇ ਹੋਏ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਹੁਣ ਵਾਲਮੀਕ ਸਮਾਜ ਵੱਲੋਂ ਵੀ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਅਗਵਾਈ ਕਰਦੇ ਹੋਏ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਅੱਜ ਵਾਲਮੀਕ ਸਮਾਜ ਵੱਲੋਂ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਐਡੀਸੀ ਨੂੰ ਦਿੱਤਾ ਗਿਆ ਹੈ ਜਿਹਦੇ ਵਿੱਚ ਉਹਨਾਂ ਲਿਖਿਆ ਹੈ ਕਿ ਕੱਲ ਉਹ ਅੰਮ੍ਰਿਤਸਰ ਦੇ 에য়ারਪੋਰਟ ਉੱਤੇ ਪ੍ਰਦਰਸ਼ਨ ਕਰਨਗੇ ਤੇ ਕਿਸੇ ਵੀ ਮੁਸਾਫਰ ਨੂੰ ਜਾਣ ਨਹੀਂ ਦਿੱਤਾ ਜਾਵੇਗਾ ਸਾਡਾ ਜਿਹੜਾ ਸਾਡਾ ਮਜ਼ਦੂਰ ਵਰਗ ਜਿਹੜਾ ਦਿੱਲੀ ਵੱਲੋਂ ਕੂਚ ਕਰਕੇ ਗਿਆ ਹੈਗਾ ਮੋਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਦਿੱਲੀ ਐਂਟਰੀ ਨਹੀਂ ਕਰਨ ਦੇ ਰਹੀ ਸਾਡੀ ਰਾਜਧਾਨੀ ਹੋਵੇ ਅਸੀਂ ਇੱਥੋਂ ਦੇ ਆਪਣਾ ਵਸਨੀਕ ਹੋਈਏ ਤੇ ਸਾਨੂੰ ਸਾਡੀ ਆਪਣੀ ਰਾਜਧਾਨੀ ਚ ਵੜਨ ਦਾ ਦਿੱਤਾ ਜਾਵੇ ਸਾਡੇ ਨਾਲ ਤਸੱਦਦ ਕੀਤਾ ਜਾਵੇ ਰਸਤੇ ਛਾੜ ਤੇ ਪਾਣੀ ਦੀਆਂ ਬਸਾਰਾਂ ਮਾਰੀਆਂ ਗਈਆਂ ਸਾਡੇ ਮਜਰੂਮਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਤਸੱਦਤ ਝੱਲਣ ਤੋਂ ਬਾਅਦ ਵੀ ਜਿਹੜਾ ਉਹ ਜਦੋਂ ਹਰਿਆਣਾ ਕ੍ਰੋਸ ਕਰਦੇ ਆ ਉਸ ਤੋਂ ਬਾਅਦ ਜਦੋਂ ਉਹ ਦਿੱਲੀ ਚ ਵੜਨ ਨਹੀਂ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਉਹਨਾਂ ਨਾਲ ਅਤਿਆਚਾਰ ਕੀਤਾ ਜਾ ਰਿਹਾ ਇਸ ਮੁਤਲਕ ਅਸੀਂ ਕਿਸਾਨਾਂ ਆਪਣੇ ਭਰਾਵਾਂ ਦੇ ਨਾਲ ਅਸੀਂ ਵਾਲਮੀਕੀ ਮਜਬੀ ਸਿੱਖ ਸਮਾਜ ਜਿਹੜਾ ਉਹ ਦੋ ਤਰੀਕ ਵਾਲੇ ਦਿਨ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਆ ਉਸ ਨੂੰ ਅਸੀਂ ਮੁਕੰਮਲ ਤੌਰ ਤੇ ਬੰਦ ਕਰ ਦੇਵਾਂਗੇ ਕਿਉਂਕਿ ਜਿੰਨਾ ਤੱਕ ਸਾਡੇ ਕਿਸਾਨ ਭਾਈਚਾਰੇ ਜਿਹੜੇ ਕਾਨੂੰਨ ਕਾਲੇ ਕਾਨੂੰਨ ਜਿਹੜੇ ਸਾਡੇ ਤੇ ਥੁਪੇ ਗਏ ਨੇ ਕਿਉਂਕਿ ਇਕੱਲੀ ਕਿਸਾਨਾਂ ਦੀ ਗੱਲ ਨਹੀਂ ਇਹ ਜੇਕਰ ਸਰਕਾਰ ਇਹ ਜਿਹੜਾ ਇਹ ਬਿੱਲ ਪਾਸ ਕਰੇਗੀ ਜਦੋਂ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਵਿੱਚ ਜੇ ਕਣਕ ਚਲੀ ਜਾਏਗੀ ਜਿਹੜੀ ਕਣਕ ਸਰਕਾਰ 1800 1900 ਰੁਪਏ ਨੂੰ ਲੈ ਕੇ ਸਾਡੇ ਮਜ਼ਦੂਰਾਂ ਸਾਡੇ ਗਰੀਬਾਂ ਸਾਡੇ ਪਰਿਵਾਰਾਂ ਨੂੰ ਨੀਲੇ ਕਾਟਾ ਰਾਹੀਂ 2-2 ਰੁਪਏ ਕਿਲੋ ਜਿਹੜੀ ਦਿੰਦੀ ਹੈ ਜੇਕਰ ਉਹ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਚਲੀ ਜਾਏਗੀ ਤੇ ਕੀ ਜਿਹੜੀ ਸਰ ਪ੍ਰਾਈਵੇਟ ਸ ਹੈ 18 ਜਾਂ 20 ਰੁਪਏ ਲੈ ਕੇ ਉਹ ਸਾਨੂੰ ਘੱਟੋ ਘੱਟ 25 ਜਾਂ 30 ਰੁਪਏ ਆਟਾ ਦੇਗੀ 30 ਰੁਪਏ ਕਿਲੋ ਅਣਕ ਕਣਕ ਦੇਗੀ ਸੋ ਅਸੀਂ ਆਪਣੇ ਪੂਰੇ ਸਮਾਜ ਨੂੰ ਅਪੀਲ ਕਰਦੇ ਆ ਮੈਂ ਆਪਣੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਸਾਥੀਓ ਇਹ ਸੰਘਰਸ਼ ਇਕੱਲੇ ਕਿਸਾਨ ਭਾਈਚਾਰੇ ਦਾ ਨਹੀਂ ਇਹ ਸਾਡਾ ਵੀ ਆਸੀਏ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਵਾਲਮੀਕੀ ਮਜਬੀ ਸਿਕ ਸਮਾਜ ਖੜਾ ਅਸੀਂ ਵੱਡੇ ਪੱਧਰ ਤੇ ਜਾ ਕੇ ਇਹ ਜਿਹੜਾ ਇੰਟਰਨੈਸ਼ਨਲ 에ਰਪੋਰਟ ਬੰਦ ਕਰਾਂਗੇ ਅਤੇ ਮੋਦੀ ਸਰਕਾਰ ਨੂੰ ਅਸੀਂ ਚੇਤਾਵਨੀ ਦੇਣੇ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਤੁਰੰਤ ਜਿਹੜਾ ਇਹ ਬਿਲ ਵਾਪਸ ਨਾਲ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਸਾਰੇ ਜਿਹੜੇ ਆ ਉਹ 에ਰਪੋਰਟ ਜਿਹੜੇ ਆ ਉਹ ਮੁਕੰਮਲ ਤੌਰ ਤੇ ਬੰਦ ਕਰ ਦੇਵਾਂਗੇ ਇੰਟਰਨੈਸ਼ਨਲ ਕੋਈ ਫਲਾਈਟ ਨਹੀਂ ਚੜਨ ਦਿੱਤੀ ਜਾਏਗੀ ਤਾਂ ਜੋ ਇਸ ਮੋਦੀ ਸਰਕਾਰ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਉੱਤੇ ਤੁਸੀਂ ਜੁਰਮ ਕੀਤਾ ਸਾਡੇ ਬਜ਼ੁਰਗਾਂ ਨੂੰ ਉੱਥੇ ਤੁਸੀਂ ਕੁੱਟਮਾਰ ਕੀਤੀ ਆ ਉਹਨਾਂ ਤੇ ਲਾਠੀ ਚਾਰਜ ਕੀਤਾ ਆਪ ਦੇਖ ਕੇ ਅੰਦਰੋਂ ਰੂਹ ਰੋਉਂਦੀ ਐ ਜਿੱਦਾਂ ਉਸ ਤਰ੍ਹਾਂ ਮੈਨੂੰ ਦੇਖਣ ਨੂੰ ਮਿਲਿਆ মিডিਆ ਲਗਾਤਾਰ ਕਵਰਿੰਗ ਕਰ ਰਹੀ ਸੀ ਤੋਂ ਇੰਨਾ ਜ਼ਿਆਦਾ ਅਤਿਆਚਾਰ ਹੋਇਆ ਇੰਨਾ ਘਾਣ ਕੀਤਾ ਗਿਆ ਸਾਡੇ ਸੰਵਿਧਾਨ ਦਾ ਰਸਤੇ ਦੇ ਵਿੱਚ ਵਡੀਆਂ-ਵਡੀਆਂ ਖੱਡਾਂ ਪੁੱਟ ਦਿੱਤੀਆਂ ਗਈਆਂ ਕਿ ਜਿਹੜਾ ਸਮਾਜ ਐ ਉਹ ਜਿਹੜਾ ਉਹ ਆਪਣੀ ਰਾਜਧਾਨੀ ਤੱਕ ਆਪਣੀ ਆਵਾਜ਼ ਆਪਣੇ ਅਧਿਕਾਰਾਂ ਦੀ ਆਵਾਜ਼ ਚੁੱਕ ਨਾ ਸਕੇ ਉਹਨਾਂ ਨੂੰ ਤਬਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅਸੀਂ ਵਾਲਮੀਕੀ ਮੈਵੀ ਸਿਕ ਸਮਾਜ ਇਹ ਕਦੇ ਬਰਦਾਸ਼ਤ ਨਹੀਂ ਕਰੂਗਾ ਤੇ ਅਸੀਂ ਵੱਡੇ ਪੱਧਰ ਤੇ ਜਿਹੜਾ ਇੱਥੇ ਪ੍ਰਦਰਸ਼ਨ ਕਰਾਂਗੇ ਕੱਲ 2 ਤਰੀਕ ਵਾਲੇ ਦਿਨ ਇੰਟਰਨੈਸ਼ਨਲ ਜਿਹੜਾ 에어ਪੋਰਟ ਉਹਨੂੰ ਮੁਕੰਮਲ ਤੌਰ ਤੇ ਜਿਹੜਾ ਅਸੀਂ ਬੰਦ ਕਰ ਦੇਵਾਂਗੇ ਤਾਂ ਜੋ ਇਸ ਮੋਦੀ ਸਰਕਾਰ ਨੂੰ ਪਤਾ ਲੱਗੇ ਕਿ ਵਾਲਮੀਕੀ ਮੈਵੀ ਸਿਕ ਸਮਾਜ ਜਿਹੜਾ ਕਿਸਾਨਾਂ ਦੇ ਅਧਿਕਾਰਾਂ ਅਤੇ ਕਿਸਾਨਾਂ ਦੇ ਹੱਕਾਂ 'ਚ ਇਸ ਕਾਲੇ ਕਾਨੂੰਨ ਨੂੰ ਅਸੀਂ ਰੱਦ ਕਰਾਉਣ ਤੱਕ ਇਹ ਲਗਾਤਾਰ ਜਿਹੜਾ ਜਾਰੀ ਰੱਖਾਂਗੇ ਇਹ ਬਾਬਾ ਜੀ ਜਿਹੜਾ ਕੰਗਣਾ ਰਣੋਦ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਿ ਜਿਹੜੀਆਂ ਕਿਸਾਨਾਂ ਦੇ ਨਾਲ ਬੀਬੀਆਂ ਐ ਉਹ 200-200 ਰੁਪਏ ਦਿਹਾੜੀ ਤੇ ਲਿਆਂਦੀਆਂ ਗਈਆਂ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਮੈਂ ਦੱਸਣਾ ਚਾਹੁੰਨਾ ਹੈ ਕਿ ਉਸ ਨਚਾਰਨ ਨੂੰ ਅਸੀਂ ਕੀ ਕਹੀਏ ਐਡੀ ਬੇਵਕੂਫ ਲੇਡੀਜ਼ ਆ ਉਹ ਨਚਾਰਨ ਆਪਣੇ ਆਪ ਨੂੰ ਸਾਡੇ ਮਜ਼ਦੂਰਾਂ ਮਜ਼ਲੂਮਾਂ ਦਾ ਜਿਹੜਾ ਮਜ਼ਾਕ ਉਡਾਉਂਦੀ ਆ ਸਾਡੀਆਂ ਮਾਵਾਂ ਭੈਣਾਂ ਦਾ ਜਿਹੜਾ ਮਜ਼ਾਕ ਉਡਾਉਂਦੀ ਆ ਮੈਂ ਅਸੀਂ ਬਹੁਤ ਜਲਦੀ ਇਹਦੇ ਸਬੰਧਤ ਜਿਹੜਾ ਆ ਮਾਨਯੋਗ ਕੋਰਟ ਦੇ ਵਿੱਚ ਇਹਦੀ ਖਿਲਾਫ ਐਪਲੀਕੇਸ਼ਨ ਮੂਵ ਕਰਕੇ ਇਸ ਦੇ ਉੱਤੇ ਜਿਹੜੀ ਆ ਉਹ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅ ਅੱਜ ਅੰਮ੍ਰਿਤਸਰ ਦੇ ਵਿੱਚ ਬੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਹੋਏ ਆ ਗੁਰੂ ਗਿਆਨਨਾਥ ਆਸ਼ਰਮ ਆ ਵਲ ਭਗਵਾਨ ਵਾਲਮੀਕੀ ਪਾਵਨ ਤੀਰਥ ਸਥਾਨ ਤੋਂ ਬਾਬਾ ਨਛੱਤਰਨਾਥ ਸ਼ਿਰਗੇਲ ਜੀ ਦੀ ਅਗਵਾਈ ਦੇ ਵਿੱਚ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਨੂੰ 2 ਤਰੀਕ ਕੱਲ 2 ਦਸੰਬਰ ਤੋਂ ਅਣਮਿੱਥੇ ਸਮੇਂ ਦੇ ਲਈ ਇਹਨੂੰ ਬੰਦ ਕਰ ਦਿੱਤਾ ਜਾਵੇਗਾ ਔਰ ਪੂਰਾ ਵਾਲਮੀਕੀ ਮਜਬੀ ਸਿੱਖ ਸਮਾਜ ਜਿਹੜਾ ਆ ਉਹ ਆਪਣੇ ਕਿਸਾਨ ਭਰਾਵਾਂ ਦੇ ਨਾਲ ਆ ਤੇ ਅਸੀਂ ਦਿੱਲੀ ਦੇ ਲੋਕਾਂ ਤੱਕ ਵੀ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜੇ ਸਫਾਈ ਕਰਮਚਾਰੀ ਨੇ ਕਿਉਂਕਿ ਦਿੱਲੀ ਦੀ ચીਕ ਨਿਕਲੀ ਪਈ ਆ ਇਹਨਾਂ ਦੀ ਧੁੰਨ ਦੇ ਉੱਤੇ ਗੋਡਾ ਉਦੋਂ ਰੱਖਿਆ ਜਾਊਗਾ ਕਿ ਜਿਹੜੇ ਮਰੇ ਹੋਏ ਜਾਨਵਰ ਨੇ ਉਹਨਾਂ ਨੂੰ ਉੱਥੇ ਪਿਆ ਰਹਿਣ ਦਿੱਤਾ ਜਾਵੇ ਉਹ ਇਹਨਾਂ ਦੀ ਇਹਨਾਂ ਦੀ ਕੋਠੀਆਂ ਦੇ ਬਾਰੇ ਇਹਨਾਂ ਦੇ ਬੰਗਲਿਆਂ ਦੇ ਬਾਹਰ ਜਿਹੜੇ ਇਸ ਟਾਈਮ ਸਰਕਾਰਾਂ ਨੂੰ ਚਲਾ ਰਹੇ ਨੇ ਇਹਨਾਂ ਦੇ ਬਾਹਰ ਛੁੱਟਿਆ ਜਾਣ ਇਹਨਾਂ ਦੇ ਘਰਾਂ ਦੇ ਬਾਹਰ ਗੰਦਗੀ ਦੇ ਢੇਰ ਲੱਗਣ ਤੇ ਇਹਨਾਂ ਨੂੰ ਫੇਰ ਜਾ ਕੇ ਪਤਾ ਲੱਗੂਗਾ ਔਰ ਦਿੱਲੀ ਦਾ 에어ਪੋਰਟ ਵੀ ਇੰਟਰਨੈਸ਼ਨਲ 에어ਪੋਰਟ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਬਾਬਾ ਨਛੱਤਰਨਾਰ ਸ਼ਿਰਗਿਲ ਜੀ ਹੁਕਮ ਕਰਨਗੇ ਸੰਗਤਾਂ ਜਿਹੜੀਆਂ ਨੇ ਉਹ ਦਿੱਲੀ 에어ਪੋਰਟ ਨੂੰ ਵੀ ਬੰਦ ਕਰਨਗੀਆਂ ਤੇ ਉਹਨੂੰ ਉਹ ਰੋਕਿਆ ਜਾਵੇਗਾ ਜੀ ਅੱਜ ਅਮਿਤ ਸ਼ਾਹ ਦੀ ਮੀਟਿੰਗ ਹੋ ਰਹੀ ਹੈ ਕਿਸਾਨਾਂ ਦੇ ਨਾਲ ਕੀ ਲੱਗਦਾ ਕੋਈ ਸੱਟਾ ਨਿਕਲ ਕੇ ਸਾਹਮਣੇ ਆ ਸਕਦਾ ਨਹੀਂ ਜੀ ਸਾਨੂੰ ਇਹਨਾਂ ਦੇ ਉੱਤੇ ਭਰੋਸਾ ਨਹੀਂ ਆ ਸਾਨੂੰ ਇਹਨਾਂ ਦੇ ਉੱਤੇ ਵਿਸ਼ਵਾਸ ਹੀ ਹੈ ਨਹੀਂਗਾ ਕਿਉਂਕਿ ਇਹਨਾਂ ਨੇ ਹਮੇਸ਼ਾ ਧੋਖਾ ਕੀਤਾ ਆ ਔਰ 18 ਵਾਰੀ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਉੱਤੇ ਫਤਿਹ ਕੀਤੀ ਆ ਤੇ 19 ਵਾਰ ਵੀ ਅਸੀਂ ਫਤਿਹ ਕਰਾਂਗੇ ਕਿਉਂਕਿ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਕਹਿੰਦੇ ਨੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਤੇ ਨਿਜ ਬਲ ਕੀ ਹੈ ਪੰਜਾਬ ਦੇ ਲੋਕਾਂ ਦਾ ਏਕਾ ਪੰਜਾਬ ਦੇ ਲੋਕਾਂ ਦੀ ਇਕਤਾ ਜਿਹੜੀ ਹੈ ਉਹ ਹੁਣ ਹੋ ਚੁੱਕੀ ਹੈ ਔਰ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਅਸੀਂ ਆਪਣੇ ਅਧਿਕਾਰ ਲਵਾਂਗੇ ਔਰ ਜੋ ਕਾਲੇ ਕਾਨੂੰਨ ਜਾਂਦੇ ਕੀ ਆ ਕਿਸਾਨਾਂ ਦੇ ਖਿਲਾਫ ਐਸ ਵੈਲ ਐਸ ਮਜ਼ਦੂਰਾਂ ਦੇ ਲਈ ਜੋ ਉਹਨਾਂ ਦੀ ਮਜ਼ਦੂਰੀ ਨੂੰ ਲੈ ਕੇ ਜੋ ਟਾਈਮਿੰਗ ਹੈ ਜੋ 8 ਘੰਟੇ ਦੀ ਟਾਈਮਿੰਗ ਸੀ ਇਹਨਾਂ ਨੇ ਵਧਾ ਦਿੱਤੀ ਆ ਉਹ ਵੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਾਲ ਇਹ ਵੀ ਚਾਹਾਂਗੇ ਇਹ ਪੀ ਸਫਾਈ ਕਰਮਚਾਰੀਆਂ ਦੀ ਜੋ ਗਟਰ ਦੇ ਵਿੱਚ ਵਰਦੇ ਆ ਇਹ ਦੇਸ਼ ਪਹਿਲਾ ਦੇਸ਼ ਐਸਾ ਆ ਜਿਹਦੇ ਵਿੱਚ ਇੱਕ ਆਮ ਇਨਸਾਨ ਨੂੰ ਪੇਟ ਦੀ ਖਾਤਰ ਗਟਰ ਦੇ ਵਿੱਚ ਵਰਨਾ ਪੈਂਦਾ ਹੈ ਤੇ ਬਹੁਤ ਸਾਰੀ ਲੋਕਾਂ ਦੀ ਮੌਤ ਵੀ ਹੁੰਦੀ ਆ ਅਸੀਂ ਇਹਦੇ ਕਿਸਾਨਾਂ ਦੇ ਮੁੱਦੇ ਦੇ ਨਾਲ-ਨਾਲ ਸਾਡੀ ਇਹ ਵੀ ਮੰਗ ਆ ਕਿ ਜਿਹੜੀਆਂ ਮਜ਼ਦੂਰਾਂ ਦੀਆਂ ਸਫਾਈ ਕਰਮਚਾਰੀ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ 60-60 ਹਜ਼ਾਰ ਰੁਪਏ ਹੋਣੇ ਚਾਹੀਦੀਆਂ ਨੇ ਨਾ ਚਾਹੋਗੇ ਕੀ ਡਿਮਾਂਡ ਹੈ ਜੀ ਇਹਦੇ 에어ਪੋਰਟ ਬੰਦ ਕਰੇ ਜੀ ਇਹ ਮੰਗ ਪੱਤਰ ਜੋ ਹੈ ਹੁਣੇ ਸਾਨੂੰ ਪ੍ਰਾਪਤ ਹੋਇਆ ਹੈ ਇਹ ਕੁਝ ਗੁਰੂ ਗਿਆਨਨਾਥ ਵਾਲਮੀਕ ਧਰਮ ਸਮਾਜ ਵੱਲੋਂ ਦਿੱਤਾ ਜਾ ਰਿਹਾ ਹੈ ਕੁਝ ਇਹਨਾਂ ਦੀਆਂ ਲੋਕਲ ਮੰਗਾਂ ਨੇ ਤੇ ਕੁਝ ਇਹ ਜਿਹੜਾ ਖੇਤੀ ਕਾਨੂੰਨ ਜੋ ਲੱਗੇ ਨੇ ਉਹਨਾਂ ਦੀ ਲਗਾਤਾਰਤਾ ਦੇ ਵਿੱਚ ਉਸ ਦਾ ਸਪੋਰਟ ਦਿਖਾਉਂਦੇ ਹੋਏ ਇਹਨਾਂ ਨੇ ਕੁਝ ਐਕਟੀਵਿਟੀਜ਼ ਜੋ ਨੇ ਸਾਨੂੰ ਪ੍ਰੋਪੋਜ਼ ਕਰਕੇ ਦਿੱਤੀਆਂ ਨੇ ਉਹ ਐਸ ਪਰ ਲਾਅ ਜੋ ਹੈ ਵੀ ਊਡ ਬੀ ਟੇਕਿੰਗ ਐਕਸ਼ਨ ਜਿਹੜੀ ਜ਼ਿਆਦਾ ਦਿੱਤੀ ਜਾ ਦੇਗੀ ਅਟਸ ਟੂ ਸੂਨ ਟੂ ਕਮੈਂਟ ਫਰ ਮੀ ਜੀ ਹਾਲੇ ਮੈਂ ਰੀਸੀਵ ਕੀਤਾ ਹੈ ਦਿਸ ਡਿਸੀਜਨ taken at the level of higher authority so i'll not comment on this but yes e timely jo hai upar pahuncha deta jayega taza khabran te naviyan jankari bharpoor videos dekhne waste subscribe karo sada youtube channel surkhaab tv je kar tusi is video nu facebook utte dekh rahe ho ta sada facebook page rehmat tv vi like te follow karo